वाहेगुरु जी का खालसा वाहेगुरु साहब जी की फतेह। वाहेगुरु तुसीं देख रहे हो काल चैनल स्काई 843 ते तुहाडा स्वागत है सिख रिलीफ दे वीकली शो दे विच। जिवें कि आप जी नूं पता है कि सिख रिलीफ एक इहो जी संस्था है जो कि जिहड़े अपने सिख प्रिजनर्स ने पंजाब दे विच जां भारत दीआं वख-वख जेलां दे विच ने उहनां नूं दुबारा उहनां नूं छुड़ाउंदे ने, उहनां दी जिहड़ी कानूनी पैरवाई है उह करदे ने ते उस दे नाल नाल उहनां दा दुबारा मुड़ वसेबे दे विच इह जिहड़ी मदद करदे ने। ते अज्ज साडे नाल हर वीक दी तरह अपडेट देण दे लई साडे नाल जुड़ चुके ने भाई बलबीर सिंह जी बैंस ते उहनां दे नाल सुखविंदर कौर जी। आओ इहनां नाल फतेह दी सांझ पाईए जी। वाहेगुरु जी का वाहेगुरु जी का खालसा खालसा वाहेगुरु वाहेगुरु जी जी की की फतेह। फतेह। भाई साहब जी आप जी का स्वागत है इस शो के विच। ते जिवें कि तुसीं पहलां भी दस्सिया सी पिछले वीक भी आपां गलबात कीती सी कि किस तरह हुंदी है प्रिजनर्स दे नाल की हुंदा है, वो जिहड़ियां स्टोरीज ने जां कल्ले कल्ले प्रिजनर्स दियां तुहानूं ते बहुत पता लगदियां ने, पर असीं चाहुंदे हां कि उह संगतां तक भी पहुंचण ते उहदे लई अज्ज आपां जिहड़ी स्टोरी डिस्कस करनी है भाई गुरचैन सिंह जंगपुरा दी, ते इहदे बारे तुसीं थोड़ा जिहा दस्सो कि किस तरह की उहनां दे नाल बीती। हाँ जी वाहेगुरु जी का खालसा वाहेगुरु जी फतेह। ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਹਫ਼ਤੇ ਕੋਈ ਨਾ ਕੋਈ ਜੋ ਪਰਿਵਾਰਾਂ 'ਤੇ ਬੀਤਦੀ ਆ, ਜੋ ਪਰਿਵਾਰ ਜੋ ਆਪਣੇ ਪਿੰਡੇ 'ਤੇ ਹੰਢਾਉਂਦੇ ਆ, ਬਿਲਕੁਲ ਉਹਨਾਂ ਦਾ ਜੋ ਵੀ ਦੁੱਖ ਸੁੱਖ ਉਹਨਾਂ ਦਾ ਹੈਗਾ ਕੌਮ ਦੇ ਨਾਲ ਸਾਂਝਾ ਕਰੀਏ, ਸੰਗਤਾਂ ਨਾਲ ਸਾਂਝਾ ਕਰੀਏ। ਹਾਂਜੀ ਸੋ ਇਸ ਹਫ਼ਤੇ ਅਸੀਂ ਭਾਈ ਗੁਰਜੰਟ ਸਿੰਘ ਜੋ ਜੰਗਪੁਰਾ ਤੋਂ ਹੈਗੇ ਨੇ ਹਾਂਜੀ ਉਹਨਾਂ ਦੀ ਗੱਲਬਾਤ ਕਰਾਂਗੇ, ਅਤੇ ਉਹਨਾਂ ਦੀ ਇੱਕ ਵੀਡੀਓ ਵੀ, ਉਹਨਾਂ ਦੇ ਜੋ ਬਿਲਕੁਲ ਪਰਿਵਾਰ ਨੇ ਜੋ ਉਹ ਆਪਣੇ ਬਿਆਨ ਦਿੱਤੇ ਨੇ ਜੋ ਉਹ 'ਤੇ ਅਸਲੀਅਤ ਹੋਇਆ ਹੈਗਾ ਉਹਨਾਂ ਦੇ ਨਾਲ ਉਸ ਦਿਨ ਜੋ ਜਿੱਦਣ ਉਹਨਾਂ ਨੂੰ ਚਾਕੇ ਲਗਾਏ ਨੇ ਉਹਨਾਂ ਬਾਰੇ ਆਪਾਂ ਸੰਗਤਾਂ ਨੂੰ ਦਿਖਾਵਾਂਗੇ। ਹਾਂਜੀ ਸੋ ਇਹ ਜੋ ਗੁਰਜੰਟ ਸਿੰਘ ਦਾ ਵਾਕਿਆ ਹੈ ਇਹ 16 ਜੁਲਾਈ 2010 ਦਾ ਹੈ, ਹਾਂਜੀ ਜਦੋਂ ਕਿ ਉਸ ਰਾਤ ਉਹ ਸੁੱਤੇ ਪਏ ਸਨ ਅਤੇ ਉਹ 3:30 ਵਜੇ ਉਸ ਉਹਨੇ ਉਹਨਾਂ ਦੇ ਘਰ ਨੂੰ ਅਤੇ ਪਿੰਡ ਨੂੰ ਸਾਰੇ ਨੂੰ ਘੇਰਾ ਪਾਇਆ ਗਿਆ ਪੁਲਿਸ ਵੱਲੋਂ, ਅਤੇ ਪਰਿਵਾਰ ਨੂੰ ਸੁੱਤਿਆਂ ਨੂੰ ਜਗਾ ਕੇ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ ਤਾਂ ਕਿ ਪਰਿਵਾਰ ਡਰ ਜਾਵੇ, ਪਰਿਵਾਰ ਘਬਰਾ ਜਾਵੇ, ਅਤੇ ਉਸ ਦਹਿਸ਼ਤ ਦੇ ਵਿੱਚ ਉਹਨਾਂ ਨੇ ਆਪਣਾ ਜੋ ਸਾਜੋ ਸਮਾਨ ਘਰ ਦੇ ਵਿੱਚ ਹੁੰਦਾ ਆ ਹਾਂਜੀ ਉਹਦੀ ਫੋਲਾ ਫਾਲੀ ਜੋ ਚੱਕਣਾ ਲੈ ਬਿਲਕੁਲ ਕੇ ਉਹ ਚੱਕ ਲਈ ਜਾਂਦੇ ਨੇ, ਅਤੇ ਪਰਿਵਾਰ ਨੂੰ ਵੀ ਬੜੇ ਬਦਤਮੀਜ਼ੀ ਨਾਲ ਬੋਲਦੇ ਨੇ, ਧੱਕੇ ਧੁੱਕੇ ਮਾਰਦੇ ਨੇ, ਅਤੇ ਉਸ ਵਿੱਚ ਗੁਰਜਾਨ ਸਿੰਘ ਨੂੰ ਉਹ ਇੱਕ ਬੜੇ ਤਰੀਕੇ ਨਾਲ ਡਰਾਮੇ ਦੇ ਨਾਲ ਅਰੈਸਟ ਕਰਦੇ ਨੇ, ਜਦ ਕਿ ਉਹਨਾਂ ਦੇ ਘਰਦਿਆਂ ਨੇ ਇਹ ਚੀਜ਼ ਦਾ ਵਿਰੋਧ ਵੀ ਕੀਤਾ ਵੀ ਜੇ ਤੁਸੀਂ ਲਿਜਾਣਾ ਪਹਿਲੇ ਕੱਲ੍ਹ ਤਾਂ ਕਸੂਰ ਕੀ ਆ, ਹਾਂਜੀ ਸਾਡੇ ਮੁੰਡੇ ਦਾ ਕਸੂਰ ਕੀ ਆ, ਮਾਂ ਪਿਓ ਨੂੰ ਡਰ ਹੁੰਦਾ ਆ। ਹਾਂਜੀ ਅਤੇ ਉਹ ਤੋਂ ਬਾਅਦ ਉਹਨਾਂ ਨੇ ਜਦੋਂ ਪੁਲਿਸ ਵਾਲੇ ਨੇ ਕੋਈ ਸੁਣੀ ਨਾ ਅਤੇ ਮਾਂ ਪਿਓ ਨੇ ਵੀ ਦੇਖਿਆ ਵੀ ਉਹਨਾਂ ਨੂੰ ਹੁਣ ਲਿਜਾਣਾ ਤਾਂ ਹੈਗਾ ਹੀ ਆ, ਅਤੇ ਕਮ ਸੇ ਕਮ ਸਾਡੇ ਕੋਲ ਕੋਈ ਵਿਟਨੈਸ ਹੋਣਾ, ਸਾਡਾ ਕੋਈ ਗਵਾਹ ਹੋਵੇ ਵੀ ਹਾਂ ਵਾਕਈ ਇਹ ਪੁਲਿਸ ਵਾਲੇ ਜਿਹੜੇ ਆਏ ਨੇ ਇਹ ਲੈ ਕੇ ਗਏ ਨੇ। ਸੋ ਉਹਨਾਂ ਨੇ ਘੱਟ ਤੋਂ ਘੱਟ ਸਰਪੰਚ ਜਾਂ ਪਿੰਡ ਦਾ ਸੀਗਾ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਹਾਂਜੀ ਲੇਕਿਨ ਉਹਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਵਾਲੇ ਜਿਹੜੇ ਹੈਗੇ ਆ ਉਹਨੂੰ ਆਪਣੀ ਗੱਡੀ 'ਚ ਸੁੱਟ ਕੇ ਕਿਸੇ ਅਣਦੱਸੀ ਥਾਂ 'ਤੇ ਜਾ ਲੈ ਗਏ ਨੇ, ਠੀਕ ਹੈ, ਅਤੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਹਾਂਜੀ ਕੋਈ ਪਤਾ ਨਹੀਂ ਦਿੱਤਾ ਗਿਆ ਵੀ ਕਿੱਥੇ ਲੈ ਕੇ ਚੱਲਣੇ ਆ, ਕੌਣ ਲੈ ਕੇ ਜਾ ਰਹੇ ਨੇ। ਹਾਂਜੀ ਸੋ ਇਹ 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 ਵਾਕਿਆ 2010 ਦਾ ਹੈਗਾ, ਠੀਕ ਹੈ। ਤਾਂ ਭਾਈ ਗੁਰਜੰਟ ਸਿੰਘ ਦੀ ਜੀ ਜਿਹੜੀ ਕਹਾਣੀ ਹੈਗਾ ਉਹ ਫਿਰ ਜੇਲ੍ਹ ਦੀ ਆ, ਹਾਂਜੀ, ਪਰ ਉਸ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਵੀ ਅਸੀਂ ਸੰਗਤਾਂ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੇ ਹਾਂ ਵੀ ਇਹ ਅਰੈਸਟ ਹੁੰਦੀਆਂ ਕਿੱਦਾਂ ਨੇ, ਬਿਲਕੁਲ, ਅਤੇ ਮਤਲਬ ਜਿਹੜਾ ਕਿ ਇਹ ਸਾਰੀਆਂ ਜਿਹੜੀਆਂ ਅਰੈਸਟ ਹੁੰਦੀਆਂ ਉਹ ਲੀਗਲੀ ਹੁੰਦੀਆਂ ਨੇ, ਕੀ ਉਹਨਾਂ ਕੋਲ ਅਰੈਸਟ ਵਾਰੰਟ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ? ਦੇਖੋ ਜਿਹੜਾ ਰਿਕੁਆਇਰਮੈਂਟ ਹੈਗੀ ਆ, ਹਾਂਜੀ, ਜਿਹੜੀ ਜ਼ਰੂਰੀ ਗੱਲ ਹੈ, ਪੁਲਿਸ ਕੋਲ ਕੋਰਟ ਵੱਲੋਂ ਅਰੈਸਟ ਵਾਰੰਟ ਹੋਣਾ ਚਾਹੀਦਾ ਜਿਹੜਾ ਕਿ ਉਹਨੂੰ ਫੈਮਿਲੀ ਨੂੰ ਪਰਿਵਾਰ ਨੂੰ ਜਾਂ ਸੰਬੰਧਿਤ ਵਿਅਕਤੀ ਨੂੰ ਹਾਂਜੀ ਦਿਖਾਲਣਾ ਜ਼ਰੂਰੀ ਆ, ਕਾਨੂੰਨੀ ਆ ਇੱਕ ਠੀਕ ਹੈ ਪ੍ਰਕਿਰਿਆ, ਠੀਕ ਹੈ, ਲੇਕਿਨ ਐਸਾ ਕੁਛ ਨਹੀਂ ਹੁੰਦਾ। ਹਾਂਜੀ ਐਸਾ ਜਿੰਨੇ ਕੁ ਸਾਡੇ ਕੋਲ ਕੇਸ ਆ ਉਹਨਾਂ 'ਚ ਕਿਸੇ ਦਾ ਵੀ ਇਦਾਂ ਦਾ ਹੈ ਨਹੀਂਗਾ, ਹਾਂਜੀ, ਵੀ ਜਿੱਥੇ ਪੁਲਿਸ ਨੇ ਆਣ ਕੇ ਲੀਗਲ ਕਾਰਵਾਈ ਸਹੀ ਤਰੀਕੇ ਨਾਲ ਪਾਈ ਹੋਵੇ। ਠੀਕ ਹੈ। ਸੋ ਇਹ ਅਚਾਨਕ ਇੱਕ ਸੁੱਤੇ ਪਿਆ ਨੂੰ ਕੋਈ ਟਾਈਮ, ਦੇਖੋ 3:30 ਦਾ ਟਾਈਮ ਹੈ, ਕੋਈ ਰੈਸਟ ਕਰਨ ਦਾ ਅਰਲੀ ਕੋਈ ਟਾਈਮ ਮਾਰਨਿੰਗ, ਥੋੜ੍ਹੀ ਆ, ਹਾਂਜੀ, ਅਤੇ ਤੁਸੀਂ ਰੈਸਟ ਕਰਨੀ ਹੈ ਦਿਨ ਦਿਹਾੜੇ ਕਰੋ, ਹਾਂਜੀ, ਉਹ ਵੀ ਪਿੰਡ ਦੇ ਪੰਚਾਇਤ ਨੂੰ ਨਾਲ ਲੈ ਕੇ ਇੱਕ ਗਵਾਹੀ ਪਾਓ ਵੀ ਹਾਂ ਅਤੇ ਆਪਣੇ ਵਾਰੰਟ ਦਿਖਾਓ। ਸੋ ਗੈਰ ਅਲੀਗਲ ਜਿਹਨੂੰ ਆਪਾਂ ਕਹਿੰਦੇ ਹਾਂ ਅਲੀਗਲ ਅਰੈਸਟ ਹੋਈ ਆ, ਹਾਂਜੀ, ਅਤੇ ਅਲੀਗਲ ਅਰੈਸਟ ਵਿੱਚ ਉਹਨਾਂ ਨੂੰ ਲੈ ਕੇ ਗਏ ਨੇ, ਠੀਕ ਹੈ, ਜਿੱਥੇ ਅਲੀਗਲ ਅਰੈਸਟ ਹੋਈ ਆ ਉੱਥੇ ਨਾ ਉਹਨਾਂ ਨੂੰ ਕੋਈ ਗਵਾਹ ਉਹਨਾਂ ਨੇ ਕੀਤਾ, ਇਸ ਤੋਂ ਇਲਾਵਾ ਅਤੇ ਨਾ ਇਹ ਵੀ ਦੱਸਿਆ ਵੀ ਕਿੱਥੇ ਲੈ ਕੇ ਜਾ ਰਹੇ ਨੇ। ਠੀਕ ਹੈ। ਸੋ ਪਰਿਵਾਰਿਕ ਜਿੱਥੇ ਉਹ ਇੱਕ ਤਰ੍ਹਾਂ ਦੀ ਆਪਾਂ ਕਹਿ ਲਈ ਕਿਡਨੈਪਿੰਗ ਜੀ ਟਾਈਪ ਹੋ ਗਿਆ ਕਿ ਬਿਲਕੁਲ ਦੱਸਿਆ ਵੀ ਉਹਨਾਂ ਨੇ, ਬਿਲਕੁਲ ਤੇ ਫਿਰ ਉਹਨਾਂ ਨੂੰ ਪਤਾ ਵੀ ਬੜੇ ਦੂਸਰੇ ਤਰੀਕੇ ਨਾਲ ਲੱਗਦਾ ਕਿ ਕਿੱਥੇ ਨੇ ਉਹ। ਹਾਂਜੀ ਉਹ ਕੁਦਰਤੀ ਫਿਰ ਨਾ ਭਾਲ ਕਰਦੇ ਕਰਦੇ ਜਿਹੜੇ ਹੈਗੇ ਆ ਉਹ ਕਿਤੇ ਥਾਣਿਆਂ 'ਚ ਕਚਹਿਰੀਆਂ 'ਚ ਪਰਿਵਾਰ ਧੱਕੇ ਖਾਂਦਾ ਪਹੁੰਚਦਾ ਆ, ਹਾਂਜੀ, ਜਿੱਥੇ ਕਿ ਉਹ ਗੁਰਜੰਟ ਸਿੰਘ ਨੂੰ ਬੱਸ 'ਚ ਬੈਠਾ ਦੇਖਦੇ ਨੇ, ਹਾਂਜੀ, ਅਤੇ ਉਹਦੀ ਇੱਕ ਮੈਂ ਕਿਹਾ
कपड़ियां तो पहचान कर या देने भी साढ़े बच्चे का बच्चे की शर्ट लग रही है, हाँ जी तो फिर उस संबंधित थाने संपर्क करते हैं, हाँ जी मिलन फिर भी नहीं दिता जा रहा, फिर भी नहीं दिता जा रहा। फिर भी कोर्ट के विच जदों वो पेश करते हैं तो फिर माँ प्यो उत्थे कोर्ट नूं रिक्वेस्ट करते हैं कि सानूं मिल दिता जाए, हाँ जी लेकिन कोर्ट ने भी वो जी हैगी रिमांड अगे दे दिता हैगा, हाँ जी तो फिर पहला 7 दिन दिता, फिर 5 दिन दे दिता, तो वो उन्होंने होर परेशान तो होर जड़ियाँ बधीकियां करना। रिमांड मतलब की हुंदा रिमांड जिंदा तुसीं कह दे तो रिमांड पुलिस रिमांड उन्होंने कहते हैं जदों, वैसे सही मायने दे विच तो होंदा है रिमांड भी पुछ पड़ताल करने लिए हाँ लिया जी जाता भी पुलिस जिहड़ा भी मुजरम हैगा वो तो जानकारी हासिल करके जिहड़े भी केस उत्ते बनता हैगा पाया जाता। ठीक है पर जदों अपने सिंघां दी गल आउंदी है, पंथक केसां दी गल आउंदी है, जिसे उच्चे देखते हैं, वो रिमांड हुंदा आ बेसिकली उस व्यक्ति नूं टोर्चर करना, ठीक है इंटैरोगेट करके वो को झूठी कहानी बनाउणी, हाँ जी ते उन्होंने वध तो वध जलील करना, ते उहदे ते एक तो वध केस पाउणे, ये रिमांड हुंदा भी उन्होंने उत्थे रखा जाता हैगा। उस वेले दुर्दशा उहदी जो उहदी हुंदी है वो जाणदा, जां सतगुरू जाणदा उहदी, ये रिमांड जिहड़ा पुलिस है ये बड़ा खतरनाक हुंदा है, बिल्कुल उस विच कुछ भी हो सकदा व्यक्ति दे नाल। सो बिल्कुल जी। तो जिवें कि भाई साहब उन्होंने दस्या, तो आओ हुण आपां चलदे हाँ उस वीडियो दे वल, ते आपां देखदे हैं की है भाई गुरजंट सिंह हुणां दी स्टोरी, ते उस तो बाद तुसीं साडे नाल जुड़े रहो, मिलदे हाँ तुहानूं। बचपन से पहले के ठीक ठाक से पढ़ाई से ठीक से खेडन से भी गली मोहल्ले के बच्चों के नाल खेडता जी, तो दूर नहीं जाता। जिन्नी उम्र के नाल पढ़ाई भी चंगी करता रहा है, कोई से भी कदम गलत काम से नहीं रहा है। और मेरा गुरजंट जो पढ़ के पढ़ाई उन्हें जिन्नी को पढ़ा सके से पूरी करके वो छोटे छोटे वर्कशॉपा के काम सीख लग गया। फिर आदा वो सर्दी होने तो पहला फैक्ट्री से लग गया चंडीगढ़ जाके, फिर उस तो बाद जो मेरे जवाई की डैथ हो गई तो उन्हें उत्थे जाकर खाद की दुकान खोल लिया। सुभाव जी बड़े चंगे सी जी, उस सारा टाइम बहुत चंगा लंघ रहा सी, यह जी कोई गल नहीं सी जी। फिर वो अपना परिवार तक के सारे उस परिवार का भी पूरा ध्यान रखते सी जी, तो यह जी कोई गल नहीं सी। मम्मी डैडी का भैन का भी पूरा सब का ख्याल रखने वाले से, यह जी गल कोई नहीं सी। तो वो भी सारा टाइम साढ़ा गुजारा बहुत चंगा लंघ रहा, जिन्ना से कमाते भी खा लेते सी। तड़के 3:30 बजे साढ़े घर पुलिस आ गई थी, साढ़े दरवाजे खड़काए तम कमरे से सुते पे सी जी, तो मम्मी ने साड़ी ने दरवाजा खड़काया, तो मैं उठ के दरवाजा खोल लिया। तो मैं उठ के वेखिया कि दरवाजे के कोल सामने पुलिस खड़ी सी, मैं जाके भी दूजा दरवाजा खोलिया, बाहर भी दूजे वेहड़े भी पुलिस, फिर सारे साढ़े घर के 4 सवेरे पुलिस खड़ी सी, आके पुलिस वाले साढ़े अंदर वड़ गए जी। आगे कहते कितने ना लेके इन्हों का पूछा मैं गुरजंट सिंह कितने दसो सर, ये बैड के पे सुते पे सी एकदम बैठे हो गए, की गल हो गया सी, नहीं असी तो कोई गल करनी है, पूछताछ करनी सी, बैठो मैं सी क्या तुसी दसो सही भी कि इन्हों मिलना की गल है। सानू आके जी बड़े औखे होके लागे बोलो नहीं मान, तो 15-20 बंदे सी सारे आल दुआल कट्ठे हो गए जी कमरे के, सारे कुछ खड़ गए कुछ नेड़े आके बह गए, तो असी पूछया जी बहुत रौला पाया जी असी भी, हाँ दसो सानू गल तो दसो सानू, उन्होंने कुछ नहीं जी दसिया, बस ऐ कहते रहे ना सानू जी ये दस आए कितों हैं कभी जी, एक तो कहता सी खन्ने तो आए हैं, तो दूजा कहता सी जगरावां तो आए हैं, सानू किसी ने एक गल नहीं दसी है, तो असं बहुत रौला पाया जी, सानू दसो कुछ तो दसो गल की है जी, असं क्या किसी किसी को बुला लें, किसी के सामने लैके जाए तो सू पूरी गल का पता लगना चाहिए भी गल की है, कितने लैके जा रहे जी तुम, पर उन्होंने दसिया नहीं जी सू, कुछ भी नहीं दसिया है। तो साढ़े
पापा जी उठ के गए, कहते मैं किसी सरपंच को बुला के लेंदा, कहते हाँ जी तुम ले आओ जाके असं बैठे हाँ। उन्होंने कुर्सी पर बह गए, मेरे कहते हाँ जी असं बैठे हाँ तुम बुला। चलो मैं उन्होंने कहा कि मैं मनु बंद बुला लें दो, तो मैं तुम्हें रेस्ट कर लेना। तो मैं उन्होंने कहा जी तू जा बुला लिया, मैं चलिया गया जी। तो पिछों के बाद मुंडे ने ले गए। तो जो तो पुलिस ने आकर घेरा पाया, मैं सोचा कोई बिजली वाले होने, सच्ची गल है मैं समझा कोई बिजली वाले होने छापे मारते हैं। जो असं देखे साढ़े घर के चार चफेरे पुलिस ने घेरा पाया। असं उन्होंने पूछा तो कसूर तो दसो गुरजंट सिंह का कि कसूर है, तुम इन्हू उठा लिया सुनते उन्होंने दरवाजे खुलवा के किनू आवाज मारी गुरजंट सिंह ने आवाज मारी। उन्होंने आके असं फिर पड़ोसे वाले ने उठाया। ये पापा जी भी फिर पंचायत मैंबर के कोल गए, आए मैंबर पंचायत से भी, सरपंच भी आए हैं। तो जो इन्हें लेके भज के गड्डिया उन्होंने जरूर वेखिया है इतने के नेे भी आ गए, एकदम गड्डी भजा ले गए। जो उन्होंने देखा पुलिस वाले ने बंदे आ रहे हैं इधर भी असं रोला भी पाया। गुरजंट सिंह की गुड्डी भी उत्थे तक गई जी कमीज फड़ के, मेरे पापा ने ना ले गया जो यदा की कसूर है। उन्होंने गुड्डी की बह फड़ के पीछे कर दिया। उन्होंने जसवीर कौर बड़ी गुड्डी बहुत रोई, मेरे छोटी जी बच्ची तो की गुजरी। पुलिस वाले देखे जी मेरे बच्चे तो काफ़ी डर गए उस टाइम उठ गए, बच्चे काफ़ी रोला पाया जी। मेरी वड्डी कुड़ी ने बहुत ज़्यादा रोला पाया जी, मेरे पापा को ना लैके जाओ, मेरे पापा को छोड़ दे तुसी, बहुत ज़्यादा जी। वो इन्नी रोई ना बहुत ज़्यादा, वो मन से इन्ना ज़्यादा असर हो। उस दिन तो बाद बीमार ही रहती है, बीमार भी जी बहुत ज़्यादा फील करती है जी। वो प्लीज़ मेरे पापा ने जल्दी बुला दिया, मैं उन्होंने बहुत याद आती है। जाके पूछा उन्होंने किनू ये कितने ले जा रहे हो, वो कहते कुछ नहीं इतने राजपुर जाके असं जरा सिटी थाना उत्थे पुछ गिछ करा, वो तो बाद तीन चढ़े छड़ जाए। वो तो बाद उन्हें रुके भी नहीं, ना उन्होंने पूछा ना सू दसिया उन्होंने कि होर कितने ले जा रहे हो, तो लैके एकदम चले गए। तो दिन चढ़िया तो सरपंच होर जो पिंड पंचायत मैंबर से उन्होंने लैके असी राजपुर गए, तो जिते वह दस रहे थे सिटी थाने शायद उत्थे हूँ गए पहुँच करिए। उत्थे जा तो पहले फोन घुमाया उन्हें, अगे पता करके दसिया कहते रात पार्टी सिटी थाने आई सी, तो पार्टी असं बनूट भेजी सी उतों आए होने तुहाडे कोले, वह लैके गए ने वह शायद खन्ने दे सीगे। तो खन्ने उस तो बाद असी खन्ने किसी नाल तालमेल किया, उन्हें अगे पता करके दसिया कि हाँ ठीक है सिटी खन्ना जगह थाना वो पुलिस ले। जो कि असलीत कुछ होर है ग्राउंड के उसे फड़न वास्ते तो समराले का एक सी इंस्पैक्टर अनिल कुमार भोली फड़ के वो लेके गया सी, तो ना ही कित नहीं है वो फड़ के लेके गया घरों। तो पुलिस यह जी कार्रवाइया बहुत करती है कि फड़न वाला कोई हूँ दिखा किसी होंगे फड़ते कितों दिखा किसी जगह होर। उस वास्ते DSP पायल जिहड़ा सी रतन सिंह बराड वो इन्हों का IOC इनवैसटीगेट किया इन्होंने, जिहड़ा कि उत्थे ही मिलिया सी उत्थे उसने इनवैसटीगेशन की। साढ़े दिमाग च आई कि कितने यह ना हो तो कोई गलत केस पा दिता जाए या फेक इनकाउंटर कर दिता जाए। कुछ देर पहला एक कलैश होया जिहड़ा कि लुधियाणे 5 दिसंबर 2009 वो इन्हों के गोलियां लगिया सी। समान लैन लुधियाने गए थे उत्थे कोई कांड हो रहा है लुधियाना कांड, अच घट जाके वेखन लग पे की हो रहा है इतने उत्थे इन्होंने पता नहीं की हो रहा। इतने जी पुलिस वगैरह ना उत्थे हो गई जो घर तो असं TV वेख सन तो TV पता लग्या कुछ हो रहा है उत्थे। जो असं TV वेख्या तो असं पछाण इन्होंने जाके वेख्या भी कौन, तो असं फोन किया जी इन्होंने, फोन स्विच ऑफ आता है जी। शाम तक असं फोन लगातार करते रहे हैं, फोन नहीं जी सा किसी ने चुकया।
ਤਾਂ ਸ਼ਾਮ ਨੂੰ ਜਾ ਕੇ ਫੋਨ ਕੀਤਾ ਜੀ, ਉਹ ਵੀ ਕਿਸੇ ਹੋਰ ਨੇ ਗੱਲ ਕੀਤੀ ਵੀ ਤੁਹਾਡਾ ਬੰਦਾ ਇੱਥੇ ਹੈ ਵੀ ਹੋਸਪਿਟਲ 'ਚ ਹੈ, ਸੀਰੀਅਸ ਹੈ ਬੰਦਾ, ਤੁਹਾਡਾ ਗੱਲ ਨਹੀਂ ਤੁਹਾਡੇ ਨਾਲ ਕਰ ਸਕਦਾ। ਤਾਂ ਉਹਨਾਂ ਨੇ ਫੋਨ ਬੰਦ ਔਫ ਕਰਤਾ ਅਤੇ ਅਸੀਂ ਦੁਬਾਰਾ ਫਿਰ 'ਚ ਫੋਨ ਕੀਤਾ, ਥੋੜ੍ਹੀ ਦੇਰ ਬਾਅਦ ਫੋਨ ਕੀਤਾ ਤਾਂ ਉਹਨਾਂ ਨੇ ਫਿਰ ਕਹਿੰਦੇ ਤੁਹਾਡੀ ਗੱਲ ਕੋਈ ਨਾ, ਅਸੀਂ ਤੁਹਾਡੀ ਗੱਲ ਕਰਾ ਦਾਂਗੇ, ਥੋੜ੍ਹੀ ਦੇਰ ਠਹਿਰ ਕੇ ਕਰਾ ਦਾਂਗੇ। ਤਾਂ ਸਾਡੀ ਜੀ ਸ਼ਾਮ ਨੂੰ 5:30 ਵਜੇ ਸਾਡੀ ਗੱਲ ਕਰਾਈ ਉਹਨਾਂ ਨਾਲ, ਤਾਂ ਸਾਨੂੰ ਪਤਾ ਲੱਗਿਆ ਅਸੀਂ ਘਰੋਂ ਸਾਡੇ ਤਾਇਆ ਜੀ ਅਤੇ ਸਾਡੇ ਪਾਪਾ ਜੀ ਉਸੇ ਵੇਲੇ ਘਰੋਂ ਤੁਰ ਪਏ, ਸ਼ਾਮ ਵੇਲੇ ਚਲੇ ਗਏ ਉਸੇ ਦਿਨ। ਉੱਥੇ ਜਾ ਕੇ ਉਹਨਾਂ ਨੇ ਸਾਨੂੰ ਤਾਇਆ ਜੀ ਨੂੰ ਆ ਕੇ ਦੱਸਿਆ ਜੀ, ਦੂਜੇ ਦਿਨ ਵੀ ਇਸ ਤਰ੍ਹਾਂ ਕਰਕੇ ਉਹਨਾਂ ਦੀ ਗੋਲੀ ਵੱਜੀ ਹੈ, ਉਹਨਾਂ ਦੇ ਵੀ ਉਹ ਸਿਰ 4 ਸੱਟਾਂ ਵੀ ਜ਼ਿਆਦਾ ਲੱਗੀਆਂ, ਗੋਲੀ ਵੱਜੀ, ਤਾਂ ਕਿੰਨੇ ਦਿਨ ਹੋਸਪਿਟਲ 'ਚ ਉੱਥੇ ਹੀ ਰਹੇ ਹਾਂ। ਅਸੀਂ ਨਹੀਂ ਸੋਚਿਆ ਵੀ ਇਹ ਜੀਵਨ ਦਾ ਬਚ ਗਿਆ ਹੋਊਗਾ, ਸਾਡੇ ਦੇ ਦਿਲ 'ਤੇ ਆ ਗਿਆ ਸੀ ਪਤਾ ਨਹੀਂ ਕੀ ਬਣਿਆ ਹੋਵੇ, ਇਹਨਾਂ ਦਾ ਬੋਲਿਆ ਵੀ ਨਹੀਂ ਸੀ ਜ਼ਿਆਦਾ ਸੱਟਾਂ ਲੱਗਣ ਦੀ। ਫਿਰ ਉਹ ਹੌਲੀ ਹੌਲੀ ਚਲੋ ਠੀਕ ਹੋਏ, ਘਰ ਆ ਗਏ, ਵੈਸੇ ਉਹਦੀ ਕੀੜ ਕੱਢੀ ਹੈਗੀ ਹੈ ਪੁਲਿਸ ਵਾਲਿਆਂ ਨੇ, ਇੱਥੇ ਪਹੁੰਚੇ ਸੀ, ਉਹਦਾ ਬਦਲਾ ਲਿਆ। ਮਿਲਣ ਗਏ ਤਾਂ ਉੱਥੋਂ ਪੁਲਿਸ ਵਾਲਿਆਂ ਨੇ ਸਾਨੂੰ ਨੇੜੇ ਨਹੀਂ ਜਾਣ ਦਿੱਤਾ, ਨਾ ਹੀ ਦੱਸਿਆ ਕਿੱਥੇ ਹਨ ਕਿੱਥੇ ਨਹੀਂ। ਸਾਨੂੰ ਤਾਂ ਕੁਦਰਤੀ ਜਦੋਂ ਥਾਣੇ 'ਚੋਂ ਗੱਡੀ ਲੈ ਕੇ ਨਿਕਲ ਰਹੀ ਸੀ ਉਹਦੇ ਵਿੱਚੋਂ, ਉਹਨਾਂ ਦੇ ਸਿਰਾਂ 'ਤੇ ਕੱਪੜੇ ਪਾਏ ਸੀ, ਪਰ ਸਿਰਫ ਜਦੋਂ ਤਾਕੀ ਦੇ ਕੋਲ ਬੈਠਿਆਂ ਦੀ ਉਹਨਾਂ ਕਮੀਜ਼ ਸ਼ਰਟ ਜਿਹੜੀ ਦਿਖਾਈ ਦਿੱਤੀ, ਅਤੇ ਉਹ ਤੋਂ ਪਤਾ ਲੱਗਿਆ ਕਿ ਇਹ ਸਾਡੇ ਮੁੰਡਿਆਂ ਲਈ ਆ ਰਹੇ। ਸਾਨੂੰ ਥਾਣੇ ਦੇ ਵਿੱਚ ਇਹਨਾਂ ਮੁੰਡਿਆਂ ਦੇ ਹੋਣ ਦੇ ਬਾਵਜੂਦ ਵੀ ਉਹਦੇ ਨੇੜੇ ਨਹੀਂ ਸੀ ਜਾਣ ਦੇ ਰਹੇ, ਅਤੇ ਅਸੀਂ ਪੁੱਛਦੇ ਕਿੱਥੇ ਕਿ ਲੈ ਕੇ ਆਏ ਹੋ ਤੁਸੀਂ ਇੱਥੇ, ਸਾਨੂੰ ਪਤਾ ਹੈ ਪੂਰਾ। ਉਹ ਕਹਿੰਦੇ ਸੀ ਵੀ ਲੈ ਕੇ ਆਏ, ਕਦੇ ਕਹਿੰਦੇ ਸੀ ਕਿ CI ਸਟਾਫ 'ਚ ਨੇ, ਕਦੀ ਕਹਿੰਦੇ ਮੈਡੀਕਲ ਵਾਸਤੇ ਲੈ ਕੇ ਗਏ ਨੇ, ਅਤੇ ਸਾਨੂੰ ਉੱਥੇ ਘੁੰਮਣਾ ਪਿਆ, ਘੁੰਮਦੇ ਰਹੇ ਅਸੀਂ, ਸਾਨੂੰ ਕਿਤੇ ਵੀ ਇਹਨਾਂ ਦੀ ਇਹਨੂੰ ਦੇਖਣ ਨਹੀਂ ਮਿਲਿਆ। ਸਿਰਫ ਜਦੋਂ ਗੱਡੀ 'ਚ ਬਿਠਾ ਕੇ ਲੈ ਕੇ ਨਿਕਲੇ ਤਾਂ ਅਸੀਂ ਕਮੀਜ਼ਾਂ ਤੋਂ ਹੀ ਦੇਖਿਆ ਵੀ ਇਹ ਮੁੰਡੇ ਸਾਡੇ ਹੀ ਲਈ ਜਾ ਰਹੇ ਹਾਂ। ਜੈਂਟੋਂ ਲੈ ਕੇ ਗਏ 16 ਜੁਲਾਈ, ਉਸ ਤੋਂ ਅਗਲੇ ਦਿਨ ਫਿਰ ਪੁਲਿਸ ਆਈ ਸਾਡੇ ਘਰ, ਉਹ ਆ ਕੇ ਡਰਾਉਣ ਧਮਕਾਉਣ ਲੱਗੇ, ਅਤੇ ਘਰ ਦੀ ਤਲਾਸੀ ਕਹਿੰਦੇ ਦਲਾਸੀ ਦਿਓ, ਬਹੁਤ ਔਖੇ ਉੱਠ ਕੇ ਬੋਲ ਰਹੇ ਸੀ। ਉਹ ਸਾਡੇ ਘਰ ਦੇ ਜ਼ਰੂਰੀ ਕਾਗਜ਼ ਵੀ ਚੱਕ ਲਏ ਗਏ, ਨਾਲੇ ਸਾਰੇ ਘਰ ਦੀ ਫਰੋਲਾ ਫਰਾਲੀ ਵੀ ਕਰ ਗਏ, ਗੁਰਜੰਟ ਸਿੰਘ ਦੀ ਕਾਪੀਆਂ, ਪਾਸਪੋਰਟ, ਹੋਰ ਵੀ ਕਾਗਜ਼, ਬਹੁਤ ਸਾਰਾ ਸਮਾਨ ਚੱਕ ਕੇ ਲੈ ਗਏ ਸਾਡੇ ਘਰ ਦਾ। ਤਾਂ ਸਾਨੂੰ ਬਹੁਤ ਡਰਾ ਰਹੇ ਸੀ, ਅਸੀਂ ਡਰਦੇ ਕੁਛ ਕਹਿ ਵੀ ਨਹੀਂ ਰਹੇ ਸੀ, ਬੜਾ ਔਖੇ ਹੋ ਕੇ ਬੋਲ ਰਹੇ ਸੀ। ਸਾਨੂੰ ਤਾਂ ਜੀ ਅਸੀਂ ਪੁੱਛਦੇ ਸੀ, ਕਹਿੰਦੇ ਕੋਈ ਨਹੀਂ, ਕਿਸੇ ਨੇ ਕਿਤੇ ਨਹੀਂ ਲੈ ਕੇ ਜਾ ਰਹੇ, ਇੱਥੇ ਹੀ ਅਸੀਂ, ਇਹ ਹੈ ਜੀ ਅਸੀਂ ਥਾਣੇ 'ਚ ਰਹਿ ਲਿਖਾ ਕੇ ਜਾਵਾਂਗੇ, ਬੀਬੀ ਕੋਈ ਗੱਲ ਨਹੀਂ, ਅਸੀਂ ਐਂ ਪੁੱਛਣੀ ਹੈ, ਪੁੱਛਤਾਛ ਕਰਨੀ ਹੈ। ਸਾਨੂੰ ਸਿੱਧੇ ਮੂੰਹ ਅਸੀਂ ਜਵਾਬ ਨਹੀਂ ਉਹ ਦੇ ਰਹੇ ਸੀ, ਔਖੇ ਹੋ ਕੇ ਬੋਲ ਸੀ, ਪੁੱਛਦੇ ਸੀ ਔਖੇ ਹੋ ਕੇ ਬੋਲਦੇ ਸਾਡੇ ਨਾਲ ਜੀ। ਉਹ ਤੋਂ ਬਾਅਦ ਦੂਸਰੇ ਦਿਨ ਫਿਰ ਵੀ ਪੇਸ਼ ਕੀਤਾ ਗਿਆ ਸੀਗਾ ਜੱਜ ਸਾਹਿਬ ਦੇ, ਪਰ ਉੱਥੇ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਸੀ, ਬਿਲਕੁਲ ਬਿਲਕੁਲ ਮਿਲਣ ਨਾ ਦਿੱਤਾ ਗਿਆ, ਕਾਫੀ ਜ਼ਿਆਦਾ ਉਸਨੇ ਘੇਰਾ ਪਾਇਆ ਹੋਇਆ ਸੀ। ਅਤੇ ਉਸ ਤੋਂ ਬਾਅਦ ਸਾਨੂੰ ਇਹ ਉੱਥੋਂ ਅਦਾਲਤ 'ਚੋਂ ਹੀ ਪਤਾ ਲੱਗਿਆ ਸੀ ਕਿ ਇਹਨਾਂ ਦਾ ਰਿਮਾਂਡ ਲੈ ਚੁੱਕੇ ਆ, ਅਤੇ ਤੁਹਾਨੂੰ ਕਿਸੇ ਨੇ ਮਿਲਣ ਨਹੀਂ ਦੇਣਾ ਹੈ, 7 ਦਿਨ ਦਾ ਰਿਮਾਂਡ ਸੀ। ਉਹ ਤੋਂ ਬਾਅਦ ਫਿਰ ਦੁਬਾਰਾ 23 ਤੱਕ ਸੀਗਾ, ਕਿਉਂਕਿ 16 ਤੋਂ ਚਲੇ ਗਏ 23 ਤੱਕ 7 ਦਿਨ ਦਾ ਰਿਮਾਂਡ ਸੀ। ਜਦੋਂ 23 ਨੂੰ ਦੁਬਾਰਾ ਅਸੀਂ ਉੱਥੇ ਪਹੁੰਚੇ, 23 ਨੂੰ ਫਿਰ ਇਹਨਾਂ ਨੂੰ 5 ਦਿਨ ਦਾ ਰਿਮਾਂਡ ਫਿਰ ਦਿੱਤਾ ਗਿਆ 28 ਤਰੀਕ ਤੱਕ, ਉਹਦੇ ਵਿੱਚ ਹੀ ਸਾਨੂੰ ਕੋਈ ਮਿਲਣ ਦਾ ਇਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ, ਬਿਲਕੁਲ ਹੀ ਨੇੜੇ ਨਾ ਜਾਣ ਦਿੱਤਾ ਗਿਆ। ਅਤੇ 28 ਤਰੀਕ ਨੂੰ ਦੁਬਾਰਾ ਪੇਸ਼ ਕੀਤਾ ਗਿਆ ਜੱਜ ਸਾਹਿਬ ਦੇ, ਤਾਂ ਜੱਜ ਨੇ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪੂਰੇ ਪਰਿਵਾਰ ਵਾਲੇ ਜਿੰਨਿਆਂ ਨੇ ਮਿਲਣਾ ਸੀਗਾ ਜਾ ਕੇ ਉੱਥੇ ਟਾਈਮ 'ਤੇ ਪਹੁੰਚੇ, ਅਤੇ ਜਾ ਕੇ ਆਪਣੇ ਟਾਈਮ ਨਾਲ ਐਂਟਰੀ ਵਗੈਰਾ ਕਰਾ ਕੇ ਜਦੋਂ ਅੰਦਰ ਗਏ, ਅਤੇ ਉੱਧਰੋਂ ਗੁਰਜੰਟ ਸਿੰਘ ਨੂੰ ਵੀ ਲੈ ਕੇ ਆ ਗਏ, ਅਤੇ ਦੇਖ ਰਹੇ ਸੀ ਕਿ ਇਹ ਲੰਗੜਾ ਕੇ ਚੱਲ ਰਿਹਾ ਸੀ, ਕਿ ਮਾਰਕੁੱਟ ਦਾ ਪਤਾ ਲੱਗ ਰਿਹਾ ਸੀ ਮਾਰਕੁੱਟ ਕੀਤੀ ਹੋਈ ਹੈ, ਅਤੇ ਪੁਲਿਸ ਵਾਲਾ ਵੀ ਉਹਨਾਂ ਨੂੰ ਫੜ ਕੇ ਲਿਆ ਸੀ, ਅਤੇ ਉਹਨਾਂ ਦੇ ਪ੍ਰੈਸ਼ਰ ਕਰਕੇ ਗੁਰਜੰਟ ਸਿੰਘ ਵੀ ਜਿਹੜਾ ਉਹਦੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਿਆ ਸਾਡੇ ਨਾਲ, ਕਿਉਂਕਿ ਜੇਲ੍ਹ ਦੇ ਵਿੱਚ ਜਾ ਕੇ ਤਾਂ ਸਾਨੂੰ ਹੈਰਾਨਗੀ ਜ਼ਿਆਦਾ ਵੱਧ ਜਾਂਦੀ ਹੈ, ਉਸ ਟਾਈਮ 'ਤੇ ਪਹਿਲਾਂ ਜਾਈਏ ਫਿਰ ਬੈਠੇ ਰਹੀਏ, ਇਸ ਕਰਕੇ ਅਸੀਂ ਜਦੋਂ ਪੇਸ਼ੀ 'ਤੇ ਜਾਂਦੇ ਉੱਥੇ ਮਿਲਦੇ ਹਾਂ, ਉੱਥੇ ਗੱਲ ਕਰਦੇ ਹਾਂ, ਤਾਂ ਜਦੋਂ ਨੇੜੇ ਜਾਂਦੇ ਹਾਂ ਉਦੋਂ ਵੀ ਪੁਲਿਸ ਵਾਲੇ ਜਾਂ ਫਿਰ ਇੰਟੈਲੀਜੈਂਸ ਵਾਲੇ ਸਾਡੇ ਬਿਲਕੁਲ ਨੇੜੇ ਆ ਕੇ ਖੜ੍ਹ ਜਾਂਦੇ ਆ ਉਹ, ਅਤੇ ਉਹਦੇ ਸਾਹਮਣੇ ਉਹਦੇ ਨਾਲ ਘਰ ਕੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਸੀ, ਮੋਟੇ ਤੌਰ 'ਤੇ ਸਿਰਫ ਵੀ ਖਾਣੇ ਵਗੈਰਾ ਬਾਰੇ ਪੁੱਛਦੇ ਹਾਂ, ਅਤੇ ਕਹਿੰਦਾ ਜੀ ਤੁਹਾਨੂੰ ਪਤਾ ਹੈ ਜੇਲ੍ਹ ਤਾਂ ਜੇਲ੍ਹ ਹੀ ਹੁੰਦੀ, ਘਰ ਦਾ ਖਾਣਾ ਘਰ ਦਾ ਹੀ ਹੁੰਦਾ ਹੈਗਾ, ਘਰ ਦੀ ਸਹੂਲਤ ਘਰ ਹੀ ਹੁੰਦੀ ਹੈ, ਅਤੇ ਇਸ ਤਰ੍ਹਾਂ ਕਰਕੇ ਇਸ ਤੋਂ ਵੱਧ ਅਸੀਂ ਉਹਦੇ ਨਾਲ ਕੋਈ ਗੱਲ ਨਹੀਂ ਕਰ ਸਕਦੇ ਹੈਗੇ। ਦੂਜੀ ਗੱਲ ਇਹ ਹੈ ਵੀ ਉੱਥੇ ਮੈਡੀਕਲ ਦੀ ਬੜੀ ਤੰਗੀ ਹੈ, ਅੱਜ ਹਰੇਕ ਆਦਮੀ ਨੂੰ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਤਕਲੀਫ ਹੁੰਦੀ ਹੈ, ਮੁੰਡੇ ਦੱਸਦੇ ਆ ਕਈ ਵਾਰ ਜੋ ਤਕਲੀਫ ਹੋ ਜਾਂਦੀ ਹੈ ਉਹਨਾਂ ਨੂੰ, ਤਾਂ ਉਹਨੂੰ ਪਹਿਲਾਂ ਤਾਂ ਗੌਰ ਹੀ ਨਹੀਂ ਕਰਦੇ, ਉਹਨਾਂ ਨੂੰ ਹਸਪਤਾਲ ਲੈ ਕੇ ਹੀ ਨਹੀਂ ਜਾਂਦੇ, ਜੇ ਜ਼ਿਆਦਾ ਤਕਲੀਫ ਹੋਵੇ ਅਤੇ ਰੌਲਾ ਪਾਵੇ ਆਹ ਦਵਾਈ ਕਰੇ ਤਾਂ ਫਿਰ ਕਿਤੇ ਲੈ ਕੇ ਉਹਨੂੰ ਜਾਂਦੇ ਹਨ,
जो डॉक्टर उन्होंने लिख देवे कि टैसट करवा लो तो फिर टैसट फिर कई दिन लगाते हैं जो तक बीमारी अगे तो अगे होर वध जाती है। साढ़े इस औखे समय के सिख रिलीफ वाले ने जो है पूरी मदद की है घर के बच्चों की पढ़ाई वास्ते भी होर मुकदमे के केस के भी मदद दे रहे हैं खर्चा वगैरह तो अगे ने भी ना तो आस रख रहे हैं। सिख रिलीफ संगतान को दसान तो देंदे रहन तो जो कि साढ़े वर्गे परिवार हैं उन्होंने भी सहायता करते रह। ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੇ ਚੱਲਦਿਆਂ ਸਿੱਖ ਰਿਲੀਫ ਵੱਲੋਂ ਮਨੁੱਖਤਾ ਦੀ ਭਲਾਈ ਲਈ ਹੋਰ ਵੀ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ। ਇਹਨਾਂ ਕਾਰਜਾਂ ਵਿੱਚ ਜੇ ਤੁਸੀਂ ਵੀ ਆਪਣਾ ਕਿਸੇ ਪ੍ਰਕਾਰ ਦਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਦਿੱਤੇ ਅਕਾਊਂਟ ਨੰਬਰ 'ਤੇ ਆਪਣਾ ਦਸਵੰਧ ਭੇਜ ਸਕਦੇ ਹੋ। ਹਾਂਜੀ, ਜਿਵੇਂ ਕਿ ਆਪਾਂ ਇਸ ਦਰਦ ਭਰੀ ਵੀਡੀਓ ਨੂੰ ਦੇਖਿਆ ਇਸ ਤਰੀਕੇ ਨਾਲ ਤੁਹਾਨੂੰ ਵੀ ਪਤਾ ਲੱਗ ਸਕਦਾ ਹੈ ਕਿਸ ਤਰ੍ਹਾਂ ਜਿਹੜੀ ਸਿੱਖ ਰਿਲੀਫ ਦੀ ਟੀਮ ਹੈ ਉਹ ਕਿਸ ਤਰ੍ਹਾਂ ਦੇ ਕੇਸਿਸ ਉੱਥੇ ਲੈਂਦੀ ਨੇ ਅਤੇ ਕਿਸ ਤਰ੍ਹਾਂ ਦੇ ਕੇਸਾਂ 'ਤੇ ਉੱਥੇ ਕੰਮ ਕਰ ਹੁੰਦੇ ਨੇ ਅਤੇ ਕਿਸ ਤਰ੍ਹਾਂ ਦੁਬਾਰਾ ਜਿਹੜਾ ਪਰਿਵਾਰ ਦੇ ਨਾਲ ਉਹ ਕਰਦੇ ਨੇ ਜਾਂ ਉਹਨਾਂ ਨੂੰ ਦੁਬਾਰਾ ਮੁੜ ਵਸੇਬੇ ਦੇ ਵਿੱਚ ਮਦਦ ਕਰਦੇ ਨੇ। ਅਤੇ ਹੁਣ ਤੁਸੀਂ ਥੋੜ੍ਹਾ ਜਿਹਾ ਹੋਰ ਇਹਨਾਂ ਦੀ ਸਟੋਰੀ ਆਪਾਂ ਦੇਖ ਹੀ ਲਈ ਕਾਫੀ ਹੱਦ ਤੱਕ, ਹੁਣ ਇਹਨਾਂ ਦੇ ਜੇਲ੍ਹ ਦੇ ਵਿੱਚ ਕੀ ਹਾਲਾਤ ਨੇ ਜਾਂ ਕਿਸ ਤਰ੍ਹਾਂ ਨੇ? ਦੇਖੋ ਜੀ, 5 ਸਾਲ ਹੋ ਗਏ ਨੇ ਜੇਲ੍ਹ 'ਚ। ਹਾਂਜੀ, 5 ਸਾਲ ਇੱਕ ਬਹੁਤ ਲੰਮਾ ਸਮਾਂ ਹੁੰਦਾ ਆ ਇੱਕ ਬਜ਼ੁਰਗ ਮਾਂ ਪਿਓ ਲਈ। ਹਾਂਜੀ, ਇੱਕ ਇੱਕ ਔਰਤ ਲਈ ਜਿਹਦਾ ਪਤੀ ਬਿਲਕੁਲ ਚਲਾ ਜਾਵੇ, ਨਵਾਂ ਨਵਾਂ ਵਿਆਹ ਹੋਇਆ ਹੋਣਾ, ਛੋਟੇ ਛੋਟੇ ਬੱਚੇ ਸੀ ਉਹਦੇ, ਇੱਕ ਉਹਨਾਂ ਬੱਚਿਆਂ ਲਈ। ਅਤੇ ਜੇਲ੍ਹ ਦਾ ਜਿਹੜਾ ਸਫ਼ਰ ਆ ਉਹ ਕੋਈ ਸੌਖਾ ਨਹੀਂ ਹੈਗਾ। ਹਾਂਜੀ, ਮੈਂ ਅਕਸਰ ਕਿਹਾ ਕਰਦਾ ਹੈਗਾ ਵੀ ਸ਼ਹੀਦ ਜਿਹੜਾ ਹੈਗਾ ਉਹ ਇੱਕ ਵਾਰੀ ਸ਼ਹੀਦ ਹੁੰਦਾ ਆ। ਹਾਂਜੀ, ਪਰ ਜਿਹੜਾ ਪੋਲੀਟੀਕਲ ਪ੍ਰਿਜ਼ਨਰ ਆ ਉਹ ਹਰ ਰੋਜ਼ ਸ਼ਹੀਦ ਹੁੰਦਾ ਆ, ਹਰ ਪਲ ਹੁੰਦਾ। ਜੇਲ੍ਹ ਦੀ ਲਾਈਫ ਇਹੋ ਜਿਹੀ ਆ ਵੀ ਜਿੱਥੇ ਉਹ ਬੜਾ ਔਖਾ ਸਮਾਂ ਆ, ਮੁਸੀਬਤਾਂ ਭਰਿਆ ਸਮਾਂ ਆ, ਪਤਾ ਨਹੀਂ ਅਗਲੇ ਪਲ ਦੇ ਵਿੱਚ ਤੁਹਾਡੇ ਜੇਲ੍ਹ ਅਥਾਰਟੀ ਨੇ ਕੀ ਕਰਨਾ ਆ। ਅਤੇ ਇਹ ਬਹੁਤ ਔਖਾ ਸਮਾਂ ਉਹ ਪਰਿਵਾਰ ਆਪਣੇ ਪਿੰਡੇ 'ਤੇ ਹੰਢਾ ਰਿਹਾ ਹੈਗਾ। ਅਤੇ ਇਹ ਅਸੀਂ ਸੰਗਤਾਂ ਮੁਹਰੇ ਕੇਸ ਲੈ ਕੇ ਹਾਂ ਵੀ ਇੱਦਾਂ ਦੇ ਬਹੁਤ ਸਾਰੇ ਪਰਿਵਾਰ ਨੇ, ਪਰ ਅੱਜ ਆਪਾਂ ਗੁਰਜਾਨ ਸਿੰਘ ਦੀ ਗੱਲ ਕਰਦੇ ਹਾਂ ਵੀ ਉਹ ਪਰਿਵਾਰ, ਉਹ ਬੱਚੇ, ਉਹ ਮਾਂ ਬਾਪ, ਹਾਂਜੀ, ਉਹ ਇੱਕ ਬਹੁਤ ਸੰਤਾਪ ਵਿੱਚੋਂ ਲੰਘ ਰਹੇ ਨੇ। ਹਾਂਜੀ, ਅਤੇ ਗੁਰਜਾਨ ਸਿੰਘ ਨੂੰ ਵੀ ਹਾਲੇ ਕੁਛ ਪਤਾ ਨਹੀਂ ਉਹਦੇ ਕੇਸ ਦਾ ਕੀ ਬਣਨਾ ਆ। ਠੀਕ ਹੈ, 5 ਸਾਲ ਹੋ ਗਏ ਨੇ, ਕੋਈ ਬੇਲ ਨਹੀਂ, ਕੋਈ ਪਰੋਲ ਨਹੀਂ ਹੈ, ਕੋਈ ਰਾਹਤ ਨਹੀਂ ਹੈ। ਮਾਂ ਪਿਓ ਮਿਲਣ ਜਾਂਦੇ ਆ ਧੱਕੇ ਖਾ ਕੇ, ਬਸ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ। ਅਤੇ ਉਹਨਾਂ ਨੂੰ ਵੀ ਜੇ ਦਿੱਤਾ ਮਿਲਣ ਵੀ ਦਿੱਤਾ ਜਾਂਦਾ ਤਾਂ ਕੁਛ ਚੰਦ ਮਿੰਟਾਂ ਲਈ। ਠੀਕ ਹੈ, ਕੋਈ ਖੁੱਲ੍ਹੀ ਮੁਲਾਕਾਤ ਨਹੀਂ ਹੈਗੀ, ਸਲਾਖਾਂ ਪਿੱਛੇ ਮੁਲਾਕਾਤ ਆ, ਉਹ ਵੀ ਚੰਦ ਮਿੰਟਾਂ ਲਈ। ਉਹਦੇ ਵਿੱਚ ਖੁੱਲ੍ਹ ਕੇ ਗੱਲ ਵੀ ਨਹੀਂ ਹੁੰਦੀ, ਜਦੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪੁਲਿਸ ਆਣ ਕੇ ਸਿਰ 'ਤੇ ਖੜ੍ਹ ਜਾਂਦੇ ਆ। ਅਤੇ ਠੀਕ ਹੈ, ਕੀ ਬੰਦਾ ਗੱਲ ਕਰੇਗਾ। ਸੁਖਵਿੰਦਰ ਕੌਰ ਜੀ, ਤੁਸੀਂ ਕੀ ਕਹੋਗੇ ਸਾਰੇ ਬਾਰੇ ਜਾਂ ਪਰਿਵਾਰ ਦੀ ਕਿਸ ਤਰ੍ਹਾਂ ਸਿੱਖ ਰਿਲੀਫ ਦੀ ਟੀਮ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਜਾਊਗੀ? ਮਿਸ਼ ਜੰਗ ਜੇ ਸ਼ੀ ਭਾਈ ਸਾਹਿਬ ਦੀ ਗੱਲ ਕਰੀਏ, ਉਹਨਾਂ ਦੀ ਮੱਸਿਆ ਨੇ, ਮਾਤਾ ਪਿਤਾ ਨੇ, ਉਹਨਾਂ ਦੀ ਧਰਮ ਪਤਨੀ ਨੇ, ਅਤੇ 3 ਬੱਚੇ, 2 ਗੁੱਡੀ, 1 ਬੱਚਾ। ਫਿਰ ਜਦੋਂ ਭਾਈ ਸਾਹਿਬ ਦੀ ਅਰੈਸਟ ਹੋਈ ਸੀ ਉਹ ਬਹੁਤ ਛੋਟੇ ਉਮਰ ਵਿੱਚ ਸੀ। ਹੁਣ ਤੁਸੀਂ ਦੇਖੋ ਭਾਈ ਸਾਹਿਬ 5 ਸਾਲ ਲੰਘੇ ਆ, ਬੱਚੇ ਵੀ ਵੱਡੇ ਹੋ ਗਏ ਆ, ਉਹਨਾਂ ਦੀ ਲਾਈਫ ਅੱਗੇ ਚੱਲੀ ਜਾਂਦੀ ਆ। ਭਾਈ ਸਾਹਿਬ ਦੀ ਹਾਂਜੀ ਉਹ ਜੇਲ੍ਹ ਵਿੱਚ ਉਹਦਾ ਸਮਾਂ ਉੱਥੇ ਰੁਕਿਆ ਪਿਆ ਆ। ਬਿਲਕੁਲ, ਹੁਣ ਇੱਕ ਦਿਨ ਮਹਾਰਾਜ ਕਿਰਪਾ ਕਰਨ ਉਹ ਬਾਹਰ ਆਓਗੇ। ਉਹ ਬੱਚਿਆਂ ਲਈ ਉਹ ਸਮਾਂ ਬਦਲ ਗਿਆ ਆ, 5 ਸਾਲ ਆਪਣੇ ਪਿਤਾ ਤੋਂ ਰਹਿਣ ਤੋਂ ਬਗੈਰ ਬਹੁਤ ਔਖਾ ਸਮਾਂ ਲੰਘਦਾ ਆ। ਉਸ ਬੱਚਿਆਂ ਨੂੰ ਹੁਣ ਅਸੀਂ ਕੀ ਆਪਣੇ ਪ੍ਰਿਜ਼ਨਰ ਦੇ ਨਿਆਣੇ ਸਾਨੂੰ ਦੱਸਦੇ ਹੁੰਦੇ ਆ ਵੀ ਜਦੋਂ ਸਾਡਾ ਪਿਤਾ ਜੀ ਘਰ ਵਾਪਸ ਆਏ ਸੀ ਸਾਨੂੰ ਇੱਦਾਂ ਲੱਗਿਆ ਸੀ ਵੀ ਕੋਈ ਸਟ੍ਰੇਂਜਰ ਸਾਡੇ ਘਰ 'ਚ ਆਇਆ ਆ। ਫਿਰ ਜਿਹੜਾ ਸਾਈਕੋਲੋਜੀਕਲ ਇੰਪੈਕਟ ਹੁੰਦਾ, ਇਮੋਸ਼ਨਲ ਇੰਪੈਕਟ ਹੁੰਦਾ, ਉਹ ਨਾ ਅਸੀਂ ਸੋਚ ਨਹੀਂ ਵੀ ਸਕਦੇ। ਜਿਵੇਂ 5 ਸਾਲ ਬਹੁਤ ਛੋਟ, ਜਦੋਂ ਅਸੀਂ ਆਪਣੇ ਲਾਈਫ ਦੀ ਗੱਲ ਕਰਦੇ ਜਿਹਨਾਂ ਨੇ 20 ਤੋਂ ਉੱਪਰ ਸਾਲ ਜੇਲ੍ਹ 'ਚ ਕੱਟਿਆ ਨਾ, ਉਹਨਾਂ ਦੀ ਲਾਈਫ ਸਟੋਰੀ ਤਾਂ ਵੱਖਰੀ ਹੁੰਦੀ ਆ। ਤੇ ਹੁਣ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰੋਗੇ ਕਿ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਫੈਮਿਲੀ ਦੀ ਉਹ ਸਪੋਰਟ ਕਰਨੀ ਆ ਸਿੱਖ ਰਿਲੀਫ ਨੇ ਜਾਂ ਕਿਸ ਤਰ੍ਹਾਂ ਹੋਣਾ? ਹਾਂਜੀ ਹਾਂਜੀ, ਸਿੱਖ ਰਿਲੀਫ ਨੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਵੀ ਅਸੀਂ ਪੜ੍ਹਾਉਂਦੇ, ਉਹਨਾਂ ਦੀ ਫੈਮਿਲੀ ਦਾ ਮੇਨਟੇਨੈਂਸ ਪੈਕੇਜ, ਵੈਲਫੇਅਰ ਸਪੋਰਟ, ਕੋਈ ਵੀ ਉਹਨਾਂ ਦੀ ਲੋੜ ਹੁੰਦੀ ਹੈ ਸਿੱਖ ਰਿਲੀਫ ਉੱਥੇ ਹਾਜ਼ਰ ਹੁੰਦਾ ਨੇ। ਕੋਈ ਮੈਡੀਕਲ, ਕੋਈ ਵੀ ਉਹਨਾਂ ਦੀ ਮੁਸ਼ਕਿਲਾਂ ਦਾ ਸਾਹਮਣਾ, ਸਿੱਖ ਰਿਲੀਫ ਉਹਨਾਂ ਦੇ ਮੋਢੇ ਪਰ ਮੋਢਾ ਲਾ ਕੇ ਨਾਲ ਖੜ੍ਹਦੇ ਹੁੰਦੇ ਆ।
पर उस भी द बेनती आई ऑलवेज गिव टू द संगत एवरी वीक इज हरेक हफ्ते उही बेनती करते हैं भी संगत जी सिख रिलीफ नू सपोर्ट करो क्योंकि जो सेवा सिख रिलीफ कर रही है संगत जी तुसी आप कर रहे हैं तो ये शो हुंदा जो हरेक हफ्ते अपडेट हुंदी है संगत जी असीं तुहानू दसना चाहुंदे भी थोड़ी माया कित्थे जांदी आ किदा किदा तुसी परिवारां नू हैल्प करदे आ किदा साडे प्रिजनर दी हैल्प करदे आ सो प्लीज संगत जी डू सपोर्ट सिख रिलीफ इन द वर्क दैट वी डू बिकॉज़ For us, a political prisoner is not just a political prisoner. He has a lot of other factors that come into him, his family, his parents, his case, when he leaves prison, the help he needs after that. And we have a fantastic framework in place to provide that support to that whole network that encompasses a Sikh political prisoner. So thank you for all your support to date, and please do continue to support us. मैं जरूर बेनती करांगा पे भाई गुरजन सिंह दा केस दी हेयरिंग मेरे ख्याल 12 अगस्त को हाई कोर्ट में उन्हों की जमानत लाई हुई है बेल लाई हुई है ठीक है तो मारे कृपा करे भी उन्हों की जमानत हो जाए वकीलों के खर्चे बहुत होंगे ने तो पिछले 5 साल तो असं परिवार की मदद कर रहे हैं तो बच्चों पढ़ा रहे हैं तो माँ पे जो भी मेडिकल ज उन्होंने घरेलू लोड़ा ने पूरी कर रहे हैं पर असं चाहते हैं सात संगत जी भी तुम ये परिवार को स्पोंसर भी कर सकते हैं तुम अपनी डोनेशन बच्चों लिए पढ़ाई लिए भी दे सकते हैं ਤੁਸੀਂ ਜੋ ਵੀ ਤੁਹਾਡੇ ਕੋਲ ਤਿਲ ਫੁੱਲ ਜਾਂ ਜਿਸ ਤਰ੍ਹਾਂ ਦੀ ਵੀ ਤੁਸੀਂ ਸੇਵਾ ਵਨ ਆਫ ਡੋਨੇਸ਼ਨ ਦੇ ਸਕਦੇ ਹਾਂ ਡਾਇਰੈਕਟ ਡੈਬਿਟ ਸੈੱਟ ਕਰ ਸਕਦੇ ਹਾਂ ਮਹੀਨੇ ਦੇ 5 ਪਾਉਂਡ 10 ਪਾਉਂਡ ਜੋ ਵੀ ਤੁਹਾਡੀ ਇੱਛਾ ਆ ਜਾਂ ਤੁਸੀਂ ਸਪੋਂਸਰ ਕਰ ਸਕਦੇ ਹਾਂ ਪਰਿਵਾਰ ਨੂੰ ਇਸ ਤਰੀਕੇ ਨਾਲ ਆਪਾਂ ਪਰਿਵਾਰ ਦੀ ਸੇਵਾ ਕਰ ਸਕਦੇ ਹਾਂ ਬਹੁਤ ਜ਼ਰੂਰੀ ਹੈ ਇਹੋ ਜਿਹੇ ਪਰਿਵਾਰਾਂ ਦੇ ਨਾਲ ਖੜਨਾ ਗੱਲਾਂ ਆਪਾਂ ਜਿੰਨੀਆਂ ਕਰ ਮਰਜ਼ੀ ਕਰ ਲਈਏ ਲੇਕਿਨ ਜੇ ਉਹ ਪਰਿਵਾਰ ਨਾ ਸਾਂਭੇ ਤੇ ਉਹਨਾਂ ਦੇ ਅੱਗਾਂ ਬੱਚਿਆਂ ਨਾਲ ਸੰਭੇ ਤਾਂ ਫਿਰ ਮੇਰੇ ਖਿਆਲ ਸਾਡੇ ਗੱਲ ਕਰਨ ਦਾ ਬਹੁਤ ਕੋਈ ਮਤਲਬ ਨਹੀਂ ਰਹਿ ਜਾਂਦਾ ਬਿਲਕੁਲ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਭਾਈ ਬਲਬੀਰ ਸਿੰਘ ਉਹਨਾਂ ਦਾ ਸੁਖਵਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਤੇ ਜੇ ਤੁਸੀਂ ਭਾਈ ਗੁਰਜੰਟ ਸਿੰਘ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲ ਰਹੇ ਨੇ ਜੇ ਤੁਸੀਂ ਪਰਿਵਾਰ ਸਪਾਂਸਰ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਕੋਈ ਵਲੰਟਰੀ ਕੰਮ ਕਰਨਾ ਚਾਹੁੰਦੇ ਹੋ ਪਰਿਵਾਰ ਨੂੰ ਮਿਲਣਾ ਚਾਹੁੰਦੇ ਹੋ ਕੋਈ ਵੀ ਤੁਹਾਡੇ ਕੋਲ ਸਵਾਲ ਹੈ ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਕਿਉਂਕਿ ਜੋ ਵੀ ਇਹ ਸਾਰਾ ਕੰਮ ਕਰ ਹੈ ਤੁਹਾਡੀ ਦਿੱਤੀ ਹੋਈ ਮਾਇਆ ਦੇ ਨਾਲ ਹੀ ਹੋਣਾ ਹੈ ਤੇ ਹੁਣ ਤੱਕ ਵੀ ਤੁਹਾਡੀ ਦਿੱਤੀ ਹੋਈ ਮਾਇਆ ਦੇ ਨਾਲ ਹੀ ਹੋ ਰਿਹਾ ਹੈ ਤੇ ਪ੍ਰੋਗਰਾਮ ਦੇ ਵਿੱਚ ਹੋਈਆਂ ਭੁੱਲ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ गुरु साहिबाना दे दसे मार्ग ते चलदियां सिख रिलीफ वल्लों मनुखता दी भलाई लई होर वी अनेकां कारज कीते जा रहे ने इन्हां कारजां विच जे तुसी वी अपना किसे प्रकार दा योगदान पाउणा चाहुंदे हो तां स्क्रीन ते दित्ते अकाउंट नंबर ते अपना दसवंध भेज सकते हो